अपना नाम ते अपना वार्ड दस दिओ। मेरा नाम परमिंदर सिंह रहल है, वार्ड नंबर 2 फेस 3 बी 1 मोहाली। ठीक है, इलेक्शन पहली बार लड़ रहे हो? पहली बार लड़ रहे हैं। डटे हुए हो? डटे हैं पूरा। लोगों का समर्थन मिल रहा है? मिल रहा है, मिल रहा। अच्छा, हुण तुहानू फाइनली सिंबल मिल गया? मिल गया। सिंबल की मिलिया तुहानू? सिंबल सानू आरी मिली है। आरी? हां साग। कोई कोई रीजन आरी दे पिछे या की रीजन रहा? मतलब आरी नु भी प्रशासन ने भी ओही दित्ता ते तुसी भी ओही चूज कीता? आ तां साडे विरासत दा रामगढ़ियां दा मिस्त्रियां दा सिंबल है। बिल्कुल। हां अच्छा, फिर हुण किवें जा चोण प्रचार रहण वाला, क्योंकि हुण तक जिहड़ा चोण प्रचार तुसीं करदे रहे हो बिना सिंबल तों? बिना सिंबल। हां हुण हुण असीं खुल के करना, पहला सानूं जांदे सी असीं तां सानूं लोकी पुछदे सा सिंबल की आ, उह सानूं चुप्पां दे विच आएगा। ਹੁਣ ਸਿੰਬਲ ਆ ਗਿਆ, ਅਸੀਂ ਹੁਣ ਡਟ ਕੇ ਕਰਨਾ ਪੂਰਾ ਪ੍ਰਚਾਰ ਸਾਰਾ ਹੀ। ਆਜ਼ਾਦ ਲੜ ਰਹੇ ਹੋ? ਆਜ਼ਾਦ ਇੰਡੀਪੈਂਡੈਂਟ। ਅੱਛਾ, ਮੋਹਾਲੀ ਦੇ ਵਿੱਚ ਇੱਕ ਆਜ਼ਾਦ ਗਰੁੱਪ ਵੀ ਲੜ ਰਿਹਾ, ਤੁਸੀਂ ਉਹਨਾਂ ਤੋਂ ਵੀ ਇੰਡੀਪੈਂਡੈਂਟ ਹੋ? ਉਹਨਾਂ ਤੋਂ ਵੀ ਇੰਡੀਪੈਂਡੈਂਟ। ਹਾਂ, ਬਿਲਕੁਲ ਇੰਡੀਪੈਂਡੈਂਟ, ਕੋਈ ਪਾਰਟੀ ਰੱਖੀ ਨਹੀਂ ਸੀ, ਸਭ ਪਾਰਟੀਆਂ ਛੱਡਤੀਆਂ। ਰਾਜਨੀਤੀ ਦੇ ਵਿੱਚ ਆਉਣ ਦਾ ਕੀ ਸਬੱਬ ਹੈ ਤੁਹਾਡਾ, ਮਤਲਬ ਕੀ ਸੋਚ ਲੈ ਕੇ? ਬਸ ਸੇਵਾ, ਸੇਵਾ, ਸਮਾਜ ਸੇਵਾ ਕਰ ਰਹੇ ਹਾਂ, ਪਿਛਲੇ 2-3 ਸਾਲ ਤੋਂ ਕਰ ਰਹੇ ਹਾਂ। ਲੋਕਾਂ ਨੇ ਕਿਹਾ ਵੀ? ਲੋਕਾਂ ਨੇ ਕਿਹਾ, ਲੋਕਾਂ ਦੇ ਪਾਸ ਆਪਣੇ ਮਹੱਲੇ ਸਮਾਜ ਸੇਵਾ ਕੀਤੀ ਆ, ਕਾਫੀ ਕੰਮ ਕੀਤੇ ਆ। ਠੀਕ ਹੈ ਨਹੀਂ, ਅਤੇ ਹੁਣ ਅਸੀਂ ਉਹ ਕਹਿੰਦੇ ਤੁਸੀਂ ਇਹਨੂੰ ਆਓ, ਖੁੱਲ੍ਹ ਕੇ ਆਓ। ਚੋਰੀਆਂ ਹੋਈਆਂ, ਕਾਫੀ ਕੁਛ ਕੀਤਾ ਸੀ, ਗੇਟ ਗੂਟ ਵੀ ਲਵਾਏ ਆਪ ਅਸੀਂ। ਅੱਛਾ। ਹਾਂ, ਸੈਨੇਟਾਈਜ਼ ਵੀ ਕਰਾਇਆ ਸਾਰਾ ਮੁੱਲਾ, ਹੋਰ ਵੀ ਕੰਮ ਕੀਤੇ, ਕਾਫੀ ਕੀਤੇ। ਮਤਲਬ ਤੁਹਾਡਾ ਜਿਹੜਾ ਕੰਮ ਕੀਤਾ ਲੋਕਾਂ ਨੇ ਦੇਖਿਆ? ਦੇਖਿਆ ਵੀ ਉਹ ਨਹੀਂ ਹੈ ਪੈਰਾਸ਼ੂਟ ਰਾਹੀਂ ਤੁਸੀਂ? ਨਹੀਂ ਨਹੀਂ ਨਹੀਂ, ਪੈਰਾਸ਼ੂਟ ਨਹੀਂ, ਸਾਨੂੰ ਪਿਛਲੇ ਸਾਲ ਤੋਂ 1.5-2 ਸਾਲ ਹੋ ਲੱਗਿਆ ਸਾਨੂੰ ਲੋਕਾਂ ਦੀ ਸੇਵਾ ਗਰਾਊਂਡ ਲੈਵਲ 'ਤੇ ਕੀਤਾ? ਹਾਂ, ਗਰਾਊਂਡ ਲੈਵਲ ਤੋਂ ਸ਼ੁਰੂ। ਲੋਕਾਂ ਦਾ ਹੁੰਗਾਰਾ ਮਿਲ ਰਿਹਾ ਜੀ? ਮਿਲ ਰਿਹਾ, ਮਿਲ ਰਿਹਾ ਪੂਰਾ। ਰਾਜਨੀਤੀ ਕਹਿੰਦੇ ਜੀ, ਕਿਸੇ ਨੂੰ ਦੁਸ਼ਮਣੀ ਪਾਣੀ ਹੋਵੇ ਨਾ, ਤੁਹਾਨੂੰ ਰਾਜਨੀਤੀ ਦੇ ਵਿੱਚ ਉਹਨੂੰ ਕਹਿ ਦਿਓ? ਇਹ ਆਪਣੀ ਸੋਚ ਆ ਜੀ, ਸਹੀ ਚੱਲੋਗੇ ਰਾਜਨੀਤੀ ਵੀ ਸਹੀ ਆ।